ਪੰਜਾਬ న్యూਸ ਦਾ ਲਾਈਵ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਚ 8 ਜ਼ਿਲ੍ਹਿਆਂ ਦੇ ਲਈ ਔਰੇਂਜਾ ਅਲਰਟ ਜਾਰੀ ਬਾਕਨ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਾਣੂ ਮੌਸਮ ਦਾ ਤਾਜ਼ਾ ਹਾਲ ਕਾਂ ਦੋਸਤੋ ਪੰਜਾਬ ਦੇ ਵਿੱਚ ਅੱਜ ਵੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਅੱਜ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਦੀ ਕਮੀ ਦੇ ਕਾਰਨ ਸਵੇਰ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ ਸਵੇਰ ਦਾ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲੋਂ 4.1 ਡਿਗਰੀ ਵੱਧ ਦਰਜ ਕੀਤਾ ਗਿਆ ਬੱਦ ਵਾਰ ਨੂੰ ਸਵੇਰ ਭਾਰ ਦੇ ਵਿੱਚ ਆਰੰਜਾ ਤੇ yellow alert ਦੇ ਬਾਵਜੂਦ ਦਾ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ ਜਿਸ ਦੇ ਕਾਰਨ ਨਮੀ ਅਤੇ ਤਾਪਮਾਨ ਵਧ ਗਿਆ ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਆਰੰਜਾ ਅਲਰਟ ਜਾਰੀ ਕੀਤਾ ਗਿਆ ਇਹ ਆਰੰਜਾ ਅਲਰਟ ਪਠਾਨਕੋਟ ਗੁਰਦਾਸਪੁਰ ਅਮਰitsar ਹੁਸ਼ਿਆਰਪੁਰ ਨਮਾਸ਼ਹਿਰ ਬਰਨਾਲਾ ਸੰਗਰੂਰ ਅਤੇ ਮਾਨਸਾ ਦੇ ਲਈ ਹਨ ਜਦੋਂ ਕਿ ਪੂਰੇ ਸੂਬੇ ਭਾਰ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਸ਼ੁੱਕਰਵਾਰ ਨੂੰ ਇਹ ਅਲਰਟ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੱਕ ਸੀਮਿਤ ਹੁਣ ਜਾ ਰਿਹਾ ਹੈ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜ ਸਕਦਿਆ ਭਾਈਪਾ ਤੁਹਾਨੂੰ ਉਸ ਤੋਂ ਭਾਰਤੀ ਜਨਤਾ ਪਾਰਟਿਦ ਵੱਲੋਂ ਰੇਲਵੇ ਤੇ ਫੂੜਾ ਪ੍ਰਸੈਸ ਸਿੰਘਾ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘਾ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਬਿੱਟੂ ਹਰਿਆਣਾ ਵਿੱਚ ਖਾਲੀ ਪਈ ਇੱਕੋ ਇੱਕ ਰਾਜ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ ਸੂਤਰਾਂ ਨੇ ਦੱਸਿਆ ਕਿ ਬਿੱਟੂ ਨੂੰ ਹਰਿਆਣਾ ਵਿੱਚ ਆ ਖਾਲੀ ਪਈ ਰਾਜ ਸਭਾ ਦੀ ਸੀਟ ਤੋਂ ਪਾਇਪਾ ਦਾ ਉਮੀਦਵਾਰ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਕਿਉਂਕਿ ਭਗਮਾ ਪਾਰਟੀ ਦੇ ਅੱਖ ਹਰਿਆਣਾਂਦਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੁਭੇਰ ਵਿੱਚ ਚੰਗਾ ਪ੍ਰਭਾਵ ਰੱਖਦੇ ਸਾਕਾ ਭਾਈਚਾਰੇ ਦੀਆਂ ਵੋਟਾਂ ਤੇ ਲੱਗੀ ਹੋਈ ਹੈ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮਾ ਬਿਆਨਤਾ ਸਿੰਘ ਦਾ ਪੁੱਤ ਬਿਆਨਤਾ ਸਿੰਘ ਦੇ 1995 ਦੇ ਵਿੱਚ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸਿਪਾਹੀਪਾ ਦੇ ਕੋਲ ਸਵੇਰੇ ਵੇਚ ਕੋਈ ਵੀ ਪਰਸੈਦਾ ਸੈਖਾ ਚਿਹਰਾ ਨਹੀਂ ਹੈ ਜਿਸ ਵਾਸਤੇ ਪਾਰਟੀ ਕੇਂਦਰੀ ਰਾਜ ਮੰਤਰੀ ਬਿੱਟੂ ਦੇ ਨਾਮ ਤੇ ਵਿਚਾਰ ਕਰ ਰਹੀ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਕੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਨਹਿਂਗਾ ਵੱਲੋਂ ਦੁਕਾਨਦਾਰ ਦੇ ਹੱਤਿਆ ਮਾਮਲੇ ਦੇ ਵਿੱਚ ਪਰਿਵਾਰ ਨੇ ਲਗਾਇਆ ਧਰਨਾ। ਅਮਰਤ ਪਾਲ ਸਿੰਘ ਦੇ ਪਿਤਾ ਵੀ ਹੋਏ ਸ਼ਾਮਲ। ਤਰਨਤਾਰਨ ਦੇ ਕਸਬਾ ਪੱਟੇ ਬਹਿਚਾ ਨਹਿਂਗਾ ਦੇ ਵੱਲੋਂ ਦੁਕਾਨਦਾਰ ਦੀ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਪਰਿਵਾਰਤ ਪੱਟੇ ਦੇ ਦੁਕਾਨਦਾਰਾਂ ਨੇ ਸਾਰੀਆਂ ਦੁਕਾਨਾਂ ਬੰਦ ਕਰਕੇ ਧਰਨਾ ਲਾਇਆ। ਕਾਰਨਾਕਾਰੀਆਂ ਨੇ ਹਮਲਾਵਰਾਂ ਦੇ ਗ੍ਰਿਫਤਾਰੀ ਅਤੇ ਪੱਟੀਵਾਚ ਬਾਧਰੇ ਅਪਰਾਧ ਨੂੰ ਰੋਕਣ ਦੀ ਮੰਗ ਕੀਤੀ। ਐਸਾ ਧਾਰਨੇ ਦੇ ਵਿੱਚ ਸੰਸਦ ਮੈਂਬਰ ਅਮਰਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗੱਲਬੀ ਸ਼ਾਮਲ ਹੋਏ। ਜਿਨ੍ਹਾਂ ਨੇ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਪੁਲਤ ਦੇ ਵੱਲੋਂ ਮਲਜਮਾਂ ਦੀ ਗ੍ਰਿਫਤਾਰੀ ਦੇ ਭਰੋਸੇ ਤੋਂ ਬਾਅਦ ਧਾਰਨਾ ਸਮਾਪਤ ਹੋਇਆ ਅਮਰਤ ਪਾਲ ਸਿੰਘ ਦੇ ਪਿਤਾ ਤਰਾ ਸੇਮ ਸਿੰਘ ਨੇ ਨਹਿੰਗਾ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਜੱਥੇਬੰਦੀਆਂ ਦੇ ਵਿੱਚ ਸ਼ਾਮਲ ਯੋਧਿਆਂ ਨੂੰ ਹਦਾਇਤ ਦਿਨ ਕਿ ਕਿਸੇ ਵੀ ਤਰ੍ਹਾਂ ਦੀ ਗਾਲਤ ਹਰਕਤਾ ਨਾ ਕਰਨ। ਸ਼੍ਰੋਮਣੀ ਅਕਾਲੀ ਦਲ ਨਮਾ ਪ੍ਰਦਾਨ ਬਣਾਉਣ ਦਾ ਐਲਾਨ ਪਾਰਟੀ ਦੇ ਸਰਪ੍ਰਸਤ ਢੀਂਡਸਾਨ ਨੇ ਕੀਤਾ ਵੱਡਾ ਫੈਸਲਾ। ਸ਼੍ਰੋਮਣੀ ਅਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਕੱਲ 8 ਸੀਨੀਅਰ ਆਗੂਨ ਪਾਰਟੀ ਵਿੱਚੋਂ ਕੱਢਣ ਦੇ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘਾ ਢੀਂਡਸਾਨ ਨੇ ਸਰੇ ਤੋਂ ਕਾਰਜ ਕਰ ਦਿੱਤਾ ਤੇ ਉਹਨਾਂ ਨੇ ਕਹਿ ਕੇ ਬਰਤ ਤਰਫ ਦਾ ਅਧਿਕਾਰ ਸਿਰਫ ਵਰਕਿੰਗ ਕਮੇਟੀ ਦੇ ਕੋਲ ਹੈ ਤੇ ਹਦ ਦੇ ਨਾਲ ਹੀ ਢੀਂਸਾ ਨੇ ਇਹ ਵੀ ਐਲਾਨ ਕੀਤਾ ਕਿ ਜਲਦੀ ਡੈਲੀਗੇਟਾਂ ਦਾ ਇਜਲਾਸ ਬੁਲਾ ਕੇ ਪਾਰਟੀ ਦਾ ਨਮਾਟਾੰਚਾ ਖੜਾ ਕੀਤਾ ਜਾਵੇਗਾ ਢੀਂਸਾ ਨੇ ਕਹਿ ਕੇ ਹੁਣ ਜਦੋਂ ਡੇਰਾ ਸੱਚਾ ਸੌਦਾ ਦੇ ਰਾਜਸੀ ਬੈਂਗ ਦੇ ਮੁਖੀ ਨੇ ਸੁਖਬੀਰਾ ਸਿੰਘ ਬਾਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਉਲੰਘਣਾ ਕਰਕੇ ਡੇਰਾ ਮੁਖੀ ਰਾਮ ਰਹਿਮ ਦੇ ਨਾਲ ਮੁਲਾਕਾਤਾ ਕਰਨ ਦਾ ਸੱਚ ਜੱਗ ਜ਼ਾਹਿਰ ਕਰ ਦਿੱਤਾ ਤਾਂ ਸੁਖਬੀਰ ਬਾਦਲ ਦੇ ਕੋਲ ਆ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ। ਉਹਨਾਂ ਨੇ ਕਿਹਾ ਹੈ ਕਿ ਭਾਵੇਂ ਸੁਖਬੀਰ ਅਸੰਗਤ ਬਾਦਲ ਹਜੇ ਵੀ ਪਾਰਟੀ ਵਰਕਰਾਂ ਤੇ ਸਮੂਹ ਪੰਜਾਬੀਆਂ ਖਾਸ ਕਰਕੇ ਸੈਖਾ ਸੰਗਤਾਂ ਦੀਆਂ ਭਾਵਨਾਵਾਂ ਤੋਂ ਉਲਟਾ ਪਾਰਟੀ ਪ੍ਰਧਾਨ ਦੇ ਪਰਬੇ ਨੂੰ ਚਿੰਬੜਿਆ ਬੈਠਾ ਹੈ ਪਰ ਅਸਲ ਦੇ ਵਿੱਚ ਉਹ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਚੁੱਕਿਆ ਤੇ ਪਾਰਟੀ ਇੱਕ ਤਰ੍ਹਾਂ ਦੇ ਨਾਲ ਲੀਡਰਸ਼ਿਪ ਤੋਂ ਬੈਉਣੀ ਹੋ ਗਈ ਹੈ ਪ੍ਰਧਾਨ ਮੰਤਰੀ ਖਿਲਾਫ ਮਰਿਆਦਾ ਮਤਾ ਲਿਆਉਣ ਦੇ ਲਈ ਚੰਨੀ ਨੇ ਸਪੀਕਰ ਨੂੰ ਦਿੱਤਾ ਇਹ ਨੋਟਿਸ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਸੰਗਤ ਚੰਨੀ ਨੇ ਭਾਇ ਪਾਗੂ ਅਨੁਰਾਗ ਠਾਕਰ ਦਿਆਂ ਲੋਕ ਸਭਾ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਦੇ ਕੁਝ ਹਿੱਸੇ ਕਥਾ ਤੌਰ ਤੇ ਸੋਸ਼ਲ ਮੀਡੀਆ ਤੇ ਬਾਹਰਲਾ ਕਰਨ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਮਰਿਆਦਾ ਮਤਾ ਲਿਆਉਣ ਦੇ ਲਈ ਕੱਲ ਲੋਕ ਸਭਾ ਸਪੀਕਰ ਊਮਾ ਬੇਰਲਾ ਨੂੰ ਇੱਕ ਨੋਟਿਸ ਸੌਂਪਿਆ ਮੋਦੀ ਨੇ ਐਕਸ ਤੇ ਇੱਕਾ ਵੀਡੀਓ ਸਾਂਝੀ ਕੀਤੀ ਇਸੇ ਜਿਸ ਵਿੱਚ ਆ ਕਥ ਤੌਰ ਤੇ ਭਾਈਪੱਖ ਸੰਸਦ ਮੈਂਬਰ ਅਨੁਰਾਗ ਠਾਕਰ ਦੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਕੁਝ ਹਿੱਸੇ ਸਨ ਇਹਨਾਂ ਟਿੱਪਣੀਆਂ ਨੂੰ ਸਦਨ ਦੇ ਕਾਰਵਾਈ ਤੋਂ ਹਟਾ ਦਿੱਤਾ ਗਿਆ ਸੀ ਠਾਕਰ ਦੇ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਜਾਤ ਬਾਰੇ ਕੀਤੀ ਗਈ ਟਿੱਪਣੀ ਮਗਰੋਂ ਸਦਨ ਵਿੱਚ ਹੰਗਾਮਾ ਖੜਾ ਹੋ ਗਿਆ ਹੈ ਕਾਂਗਰਸ ਦੇ ਦਲਤ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਨਿਯਮਾ 222 ਤਹਿਤ ਮਰਿਆਦਾ ਮਤਾ ਦੇ ਕੇ ਸਪੀਕਰ ਊਮ ਬਰਲਿਆ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅਗਲੀ ਖਬਰ ਬਹਿਬਲ ਕਲਾ ਗੋਲੀकांड ਮਾਮਲਾ ਵੀ ਪਹੁੰਚਿਆ ਚੰਡੀਗੜਾ ਕੋਟਕਪੂਰਾ ਕੇਸ ਦੇ ਸੁਣਵਾਈ ਦੇ ਲਈ ਹਾਈ ਕੋਰਟ ਨੇ ਨਹੀਂ ਦਿੱਤੀ ਇਜਾਜ਼ਤ। ਪ੍ਰੀਰ ਕੋਟਾ ਜਲਾ ਸ਼ੈਸੀਨਾ ਅਦਾਲਤ ਵਿੱਚ ਬਹਿਬਲ ਕਲਾ ਤੇ ਕੋਟਕਪੂਰਾ ਗੋਲੀकांड ਦੇ ਕੇਸਾਂ ਦੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਤੋਂ ਹੁਕਮ ਨਾ ਮਿਲਣ ਦੇ ਕਾਰਨ ਦੋਵੇਂ ਕੇਸਾਂ ਦੀ ਸੁਣਵਾਈ 12 ਅਗਸਤ ਤੱਕ ਮਲਤਵੀ ਕਰ ਦਿੱਤੇ ਗਏ ਸੁਣਵਾਈ ਦੇ ਦੌਰਾਨ ਬਹਿਵਲ ਅਦਾਲਤ ਨੇ ਬਹਿਵਲ ਕਲਾ ਗੋਲੀ ਕਾਂਡ ਦਾ ਰਿਕਾਰਡ ਚੰਡੀਗੜ੍ਹ ਅਦਾਲਤ ਨੂੰ ਭੇਜਣ ਦੇ ਹੁਕਮ ਦਿੱਤੇ ਹਨ ਬਹਿਵਲ ਕਾਂਡ ਦੇ ਮਲਜਮਾਂ ਐਡਵੋਕੇਟ ਸਹਿੇਲ ਸਿੰਘਾ ਬਰਾੜ ਨੂੰ ਛੱਡ ਕੇ ਬਾਕੀ ਸਾਰੇ ਮਲਜਮਾਂ ਬੇਸੇ ਸਾਹਮਣੇ ਪੇਸ਼ ਹੋਏ ਜੇਕਰ ਜੋ ਹੈ ਕਿ 31 ਮਈ ਨੂੰ ਮਲਜਮਾਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੇ ਪਾਰਟੀਸ਼ਨ ਤੇ ਹਾਈ ਕੋਰਟ ਨੇ ਕਿਹਾ ਦੇ ਸੁਣਵਾਈ ਪੰਜਾਬ ਤੋਂ ਬਾਹਰ ਚੰਡੀਗੜ੍ਹ ਦੇ ਅਦਾਲਤ ਵਿੱਚ ਕਰਨ ਦੇ ਹੁਕਮ ਦਿੱਤੇ ਸਨ ਹੁਕਮਾਂ ਦੇ ਅਨੁਸਾਰ ਬੈਬਲਾ ਕਿਸ ਦੇ ਨਾਲ ਕੋਟਕਪੂਰਾ ਕਿਸ ਦੇ ਸੁਣਵਾਈ ਵੀ ਹੋਣੀ ਆ ਪਰ ਹਦਾਇਤਾਂ ਨਾ ਹੋਣ ਕਾਰਨ ਕੋਟਕਪੂਰਾ ਕੇਸ ਦੀ ਸੁਣਵਾਈ ਟਾਲ ਦਿੱਤੀ ਗਈ ਹੈ ਕਿ ਹੁਣ ਸਸਤਾ ਹੋਵੇਗਾ ਬੀਮਾ ਨਿਤਨ ਗੜਕਰੀ ਨੇ ਕੀਤੀ ਜੀਐਸਟੀ ਨੂੰ ਖਤਮ ਕਰਨ ਦੀ ਮੰਗ ਤਾਂ ਉਸ ਤੋਂ ਭਵਿੱਖ ਵਿੱਚ ਇਲਾਜ ਸਸਤਾ ਹੋ ਸਕਦਾ ਅਸੀਂ ਇਹ ਐਸ ਲਈ ਕਹਿ ਰਹੇ ਹਾਂ ਕਿਉਂਕਿ ਮੋਦੀ ਸਰਕਾਰ ਦੇ ਮੰਤਰੀ ਨਿਤਨ ਗੜਕਰੀ ਨੇ ਵੱਤ ਮੰਤਰੀ ਨਰਮਲਾ ਸੇਤਰਾਮਨ ਨੇ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਮਾਂ ਤੇ 18% ਦੇ GST ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਹੁਣ ਜੇਕਰ ਵੱਤ ਮੰਤਰੀ ਨਰਮਲਾ ਸੇਤਰਾਮਨ ਆਪਣੇ ਕੈਬਨਟ ਸਹਿਯੋਗੀ ਨਿਰਤਨਾ ਗੜਕਰੀ ਦੀ ਗੱਲ ਮੰਨ ਲੈਂਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੀਵਨ ਅਤੇ ਮੈਡੀਕਲ ਬੀਮੇ ਦਾ ਪ੍ਰੀਮੀਅਮ ਘਟ ਸਕਦਾ ਤੇ ਲੋਕ ਇਸ ਨੂੰ ਹੋਰ ਸਸਤ ਵਿੱਚ ਪ੍ਰਾਪਤ ਕਰ ਸਕਦੇ ਹਨ ਦਰਅਸਲਾ ਸ਼ਾਰਕਤ ਤੇ ਆਵਾਜਤ ਰਾਜ ਮਾਰਗ ਮੰਤਰੀ ਨਤਨ ਗਟਕਰੀ ਨੇ ਵੱਧਵਾਰਨ ਵਿੱਤ ਮੰਤਰੀ ਨਿਰਮਲਾ ਸੇਤਾਰਮਨ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਮ ਅਤੇ 18% ਦੇ ਜੀਐਸਟੀ ਵਾਪਸ ਲੈਣ ਦੀ ਮੰਗ ਕੀਤੀ ਹੈ ਉਹਨਾਂ ਵਿੱਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇਸ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਨਹੀਂ ਰਹੇ ਬਿਹਾਰ ਦੇ ਸਾਬਕਾ ਡਿਪਟੀ ਸੀਐਮ ਸ਼ਸ਼ੀਲ ਮੋਦੀ ਏਮ ਜਹਾਜ਼ ਹਸਪਤਾਲ ਦੇ ਵਿੱਚ ਤੋੜਿਆ ਦਮ ਤਾਂ ਦੋਸਤੋ ਪਟਨਾ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਭਾਈਪਾ ਨੇਤਾ ਸੁਸ਼ੀਲ ਮੋਦੀ ਦਾ ਸੋਮਵਾਰ ਨੂੰ ਦਿੱਲੀ ਦੇ ਏਮ ਜਹਾਜ਼ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਮਰਤਾਕਾ ਦੇਹ ਮੰਗਲਵਾਰ ਸਵੇਰੇ ਵਿਸ਼ੇਸ਼ ਜਹਾਜ਼ ਦੇ ਰਾਹੀਂ ਪਟਨਾ ਦੇ ਰਜਿੰਦਰਨਗਰ ਸਥਿਤ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੀ ਪਿਛਲੇ ਮਹੀਨੇ ਹੀ ਉਹਨਾਂ ਨੇ ਰਾਜਨੀਤੀ ਤੋਂ ਸੰन्यास ਲੈਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਕੁਝ ਦਾ ਦੱਤਾ ਤੇ ਇਸ ਵਾਰ ਲੋਕ ਸਭਾ ਚ ਉਹਨਾਂ ਦੇ ਵਿੱਚ ਮੈਂ ਕੁਝ ਨਹੀਂ ਕਰ ਸਕਿਆ ਕੈਂਸਰ ਤੋਂ ਪੀੜਤਾ ਸ਼ਸ਼ੀਲ ਕੁਮਾਰ ਮੁੱਦੇ ਲੰਬੇ ਸਮੇਂ ਤੋਂ ਬਿਮਾਰ ਸਨ 72 ਸਾਲਾ ਭਾਈਪਾ ਆਗੂ ਪਿਛਲੇ 6 ਮਹੀਨਿਆਂ ਤੋਂ ਬਿਮਾਰ ਸੰਤੈ ਇਸ ਕਾਰਨ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਲਈ ਪ੍ਰਚਾਰ ਵੀ ਨਹੀਂ ਕਰ ਸਕੇ ਸਨ 3 April ਨੂੰ ਉਹਨਾਂ ਨੇ ਦੱਸਿਆ ਸੀ ਕਿ ਉਹ ਕੈਂਸਰ ਤੋਂ ਪੀੜਤ ਹੈ ਸ਼ਸ਼ੀਲ ਮੁੱਦੀ ਨੇ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇਕਾ ਸੰਦੇਸ਼ ਰਾਹੀਂ ਦੱਸਿਆ ਸੀ ਕਿ ਮੈਂ ਪਿਛਲੇ 6 ਮਹੀਨਿਆਂ ਤੋਂ ਕੈਂਸਰ ਦੇ ਨਾਲ ਜੂਝ ਰਿਹਾ ਪਰ ਹੁਣ ਸਮਾਂ ਆ ਗਿਆ ਕਿ ਮੈਂ ਇਸ ਬਾਰੇ ਸਾਰੇ ਲੋਕਾਂ ਨੂੰ ਸੂਚਿਤ ਕਰਾਂ ਮੈਂ ਲੋਕ ਸਭਾ ਚੋਣਾਂ ਦੇ ਬੈਚ ਚ ਵੀ ਕੁਝ ਨਹੀਂ ਕਰ ਸਕਿਆ ਤੇ ਮੈਂ ਇਹ ਸਭ ਕੁਝ ਆ ਪੀਐਮ મોદી ਨੂੰ ਦੱਸ ਦਿੱਤਾ ਹੈ ਦੇਸ਼ ਵਿਹਾਰ ਅਤੇ ਪਾਰਟੀ ਦੇ ਲਈ ਹਮੇਸ਼ਾ ਸ਼ੁਕਰਗੁਜ਼ਾਰਤ ਹੈ ਹਮੇਸ਼ਾ ਸਮਰਪਿਤ ਹਾਂ ਅੱਜ ਤੋਂ ਗੈਸ ਦਾ ਸਿਲੰਡਰ ਹੋਇਆ ਮਹਿੰਗਾ ਵਿਗੜ ਜਾਵੇ ਘਰ ਸੂਈ ਦਾ ਬਜਟ ਬਜਟ ਤੋਂ ਬਾਅਦ ਐਲਪੀਜੀ ਸਿਲੰਡਰ ਦੇ ਰੇਟ ਵਧ ਗਏ ਹਨ ਅੱਜ 1 ਅਗਸਤ ਤੋਂ ਦਿੱਲੀ ਤੋਂ ਪਟਨਾ ਅਤੇ ਸ਼੍ਰੀਨਗਰ ਤੋਂ ਚੇਨਈ ਤੱਕ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਤੇਲ ਮਾਰਕੀਟਿੰਗਾ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ 8.5 ਰੁਪਏ ਤੱਕ ਦਾ ਵਾਧਾ ਕੀਤਾ ਹੈ ਅੱਜ 1 ਅਗਸਤ ਤੋਂ ਦਿੱਲੀ ਵਿੱਚ ਐਲਪੀਜੀ ਸਿਲੰਡਰ 6.5 ਰੁਪਏ ਕੋਲਕਾਤਾ ਦੇ ਵਿੱਚ 8.5 ਰੁਪਏ ਮੁੰਬਈ ਦੇ ਵਿੱਚ 7 ਰੁਪਏ ਤੇ ਪਟਨਾ ਵਿੱਚ 8 ਰੁਪਏ ਮਹਿੰਗਾ ਹੋ ਗਿਆ ਹੈ ਇਹ ਵਾਧਾ ਸਿਰਫ 19 ਕਿਲੋ ਦੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਆਇਆ ਹੈ ਦਲੀਬਾਟਾ ਐਕ ਦਾ 1 ਅਗਸਤ ਜਾਣੀ ਕਿ ਅੱਜ ਤੋਂ 1652 ਰੁਪਏ ਦੇ ਵਿੱਚ ਕਮਰਸ਼ੀਅਲ ਸਿਲੰਡਰ ਮਿਲੇਗਾ ਐਂਡ ਐਨ ਦੇ ਐਸਐਸ ਸਿਲੰਡਰ ਦੀ ਕੀਮਤ 1 ਜੁਲਾਈ ਨੂੰ 1646 ਰੁਪਏ ਸੇਸ ਵਿੱਚ ਸਾਢੇ 6 ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ ਇਥੇ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ ਇਥੇ ਹੁਣ ਵੀ 14 ਕਿਲੋ ਦੇ ਸਿਲੰਡਰ ਦੀ ਕੀਮਤ ਸਿਰਫ 803 ਰੁਪਏ ਹੈ ਇਹਦੇ ਨਾਲ ਹੀ 10 ਕਿਲੋ ਦਾ ਕੰਪੋਜ਼ਿਟ ਐਲਪੀਜੀ ਸਿਲੰਡਰ 574 ਰੁਪਏ ਦੇ ਵਿੱਚ ਉਪਲਬਧ ਹੈ